ਸੀਗੇ ਜਿੱਥੇ ਮਹਾਰਾਣੀ ਪ੍ਰਨੀਤ ਕੌਰ ਜਿਹੜੀ ਭਾਜਪਾ ਦੀ ਸਿਹਰੇ ਪਿੰਡ ਹੈ ਉੱਥੇ ਆਏ ਸੀਗੇ ਅਤੇ ਚੰਦੂ ਮਾਜਰਾ ਜੀ ਦਾ ਭਤੀਜਾ ਵਾ ਹਰਵਿੰਦਰ ਸਿੰਘ ਕਿਹਾ ਜਾਂਦਾ ਉਹਨਾਂ ਨੇ ਇਹਨਾਂ ਨਾਲ ਧੱਕਾ ਮਾਰਿਆ ਵਾ ਹੁਣ ਇਹਦੀ ਡੈਥ ਦੇ ਉਹੀ ਜ਼ਿੰਮੇਵਾਰ ਨੇ ਉਹਨੇ ਦਿਲ 'ਤੇ ਵੱਜ ਗਈ ਆ ਸੱਟ ਥੱਲੇ ਲੱਗ ਗਿਆ ਤਾਂ ਹੁਣ ਅੱਗੇ ਪਤਾ ਲੱਗੂਗਾ ਪਰ ਤੁਹਾਡੇ ਸਾਹਮਣੇ ਸਾਡੇ ਕਿਸਾਨ ਦਾ ਨਾਮ ਕੀ ਹੈ ਸੁਰਿੰਦਰਪਾਲ ਸਿੰਘ ਆਕੜੀ ਤੋਂ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਆ ਰਸਤਾ ਵੀ ਮੁਸ਼ਕਿਲ ਯਾਰ ਹਾਂਜੀ ਹਰਵਿੰਦਰ ਜੀ ਮੈਂ ਸੰਦੀਪ ਚੌਧਰੀ ਬੋਲ ਰਿਹਾ ਜੀ ਨਿਊਜ਼ 89 ਪੰਜਾਬ ਤੋਂ ਕੀ ਹਾਲ ਨੇ ਸੰਦੀਪ ਜੀ ਠੀਕ ਹੈ ਸਰ ਸਰ ਅੱਜ ਇੱਕ ਕਿਸਾਨ ਦੀ ਮੌਤ ਹੋਈ ਹੈ ਜੀ ਉਹ ਸੇਰਾ ਵਿਖੇ ਪ੍ਰੋਗਰਾਮ ਤੁਹਾਡੇ ਤੇ ਆਰੋਪ ਲਾਏ ਜਾ ਰਹੇ ਕਿ ਤੁਸੀਂ ਉਹਨਾਂ ਨੂੰ ਧੱਕਾ ਮਾਰਿਆ ਨਹੀਂ ਉਹ ਝੂਠੇ ਆਰੋਪ ਨੇ ਜੀ ਇਹ ਸਿਆਸੀ ਪਾਰਟੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ ਇਹੋ ਜਿਹੇ ਕੰਮ ਕਰਦੀਆਂ ਨੇ ਮੇਰੀ ਇਹਨਾਂ ਨੂੰ ਬੇਨਤੀ ਆ ਕਿ ਸਿਆਸਤ ਨੂੰ ਇੰਨਾ ਨਿਘਾਰ ਵੱਲ ਨਾ ਲੈ ਕੇ ਜਾਓ ਇੰਨਾ ਗੰਧਲਾ ਨਾ ਕਰੋ ਸਿਆਸਤ ਨੂੰ ਜੀ ਸੱਚਾਈ ਤੋਂ ਕੋਹਾਂ ਦੂਰ ਨਹੀਂ ਜਾਣਾ ਚਾਹੀਦਾ ਇਨਸਾਨ ਨੂੰ ਜੀ ਜਿਹੜਾ ਕਿਸਾਨ ਦੀ ਡੈਥ ਹੋਈ ਆ ਉਹ ਕਿਸਾਨ ਮੇਰਾ ਦੋਸਤ ਸੀਗਾ ਘੱਟੋ ਘੱਟ ਪਿਛਲੇ 25-30 ਸਾਲਾਂ ਤੋਂ ਦੋਸਤ ਹੈ ਮੇਰਾ ਜੀ ਤੇ ਅਸੀਂ ਇਕੱਠੇ ਅਕਾਲੀ ਦਲ ਚ ਕੰਮ ਕੀਤਾ ਹਾਂਜੀ ਮੈਂ ਤੁਹਾਨੂੰ ਇੱਕ ਵੀਡੀਓ ਭੇਜ ਦਿੰਦਾ ਉਹ ਵੀਡੀਓ ਦੇ ਵਿੱਚ ਉਹ ਕਿਸਾਨ ਆਪ ਗਿਰਦਾ ਦਿਖ ਰਿਹਾ ਠੀਕ ਹੈ ਜੀ ਆਪ ਗਿਰਦਾ ਦਿਖ ਰਿਹਾ ਅੱਛਾ ਹਰਵਿੰਦਰ ਜੀ ਤੁਸੀਂ ਇੱਕ ਗੱਲ ਦੱਸੋ ਤੁਸੀਂ ਇਸ ਜਿਹੜੀ ਮਹਾਰਾਣੀ ਸਾਹਿਬ ਦਾ ਕਾਫਲਾ ਜਾ ਰਿਹਾ ਸੀ ਇਸ ਵਿੱਚ ਤੁਸੀਂ ਮੌਜੂਦ ਸੀਗੇ ਉਸ ਟਾਈਮ ਮੈਂ ਉਸ ਕਾਫਲੇ ਦੇ ਵਿੱਚ ਮੌਜੂਦ ਸੀ ਮੈਂ ਮਹਾਰਾਣੀ ਸਾਹਿਬ ਦੀ ਗੱਡੀ ਦੇ ਵਿੱਚ ਸੀ ਕਾਫਲਾ ਛੱਡੋ ਜੀ ਮੈਂ ਤੁਹਾਨੂੰ ਇੱਕ ਜਿਹੜੀ ਭੇਜ ਰਿਹਾ ਵੀਡੀਓ ਜੀ ਉਸ ਵੀਡੀਓ ਦੇ ਮੈਂ ਫਰੰਟ ਸੀਟ ਤੇ ਬੈਠਾ ਦੇਖ ਰਿਹਾ ਉਧਰ ਉਹ ਗਿਰ ਰਿਹਾ ਕਿਸਾਨ ਆਪਣਾ ਸੁਰਿੰਦਰ ਸਿੰਘ ਜੀ ਸੁਰਿੰਦਰ ਸਿੰਘ ਆਪ ਡਿੱਗ ਰਿਹਾ ਜੀ ਖੜਾ ਖੜਾ ਉਹਨੂੰ ਜ਼ਿਆਦਾ ਕੋਈ ਹਾਰਟ ਦੀ ਪ੍ਰੋਬਲਮ ਆਈ ਜੇ ਗਰਮੀ ਬਹੁਤ ਸੀ ਉੱਥੇ ਜੀ ਜਾਂ ਕੋਈ ਹਾਰਟ ਦੀ ਪ੍ਰੋਬਲਮ ਆਈ ਜਾਂ ਉਹਨੂੰ ਸਰੀਰਕ ਪ੍ਰੋਬਲਮ ਕੋਈ ਵੀ ਆਈ ਜੀ ਉਹ ਆਪ ਡਿੱਗਦੇ ਦਿਖ ਰਹੇ ਨੇ ਵੀਡੀਓ 'ਚ ਜੀ ਤੇ ਸੇਮ ਟਾਈਮ ਮੈਂ ਮਹਾਰਾਣੀ ਸਾਹਿਬ ਦੀ ਗੱਡੀ ਖੜੀ ਦਿਖ ਰਹੀ ਆ ਤੁਹਾਨੂੰ ਨੇੜੇ ਉਸ ਗੱਡੀ ਦੀ ਫਰੰਟ ਸੀਟ ਤੇ ਮੈਂ ਬੈਠਾ ਤੇ ਨਾਲ ਦੀ ਨਾਲ ਸੇਮ ਦਿਖ ਰਿਹਾ ਉਧਰ ਉਹ ਡਿੱਗ ਰਿਹਾ ਤੇ ਉਧਰ ਮੈਂ ਉਸ ਗੱਡੀ 'ਚ ਬੈਠਾ ਫਿਰ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਖਿਲਾਫ ਕੀ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਜਾਂ ਫਿਰ ਸਾਜ਼ਿਸ਼ ਰਚਦੇ ਨੇ ਵਿਰੋਧੀ ਪਾਰਟੀਆਂ ਇਹ ਇਹੋ ਜਿਹੀ ਘਿਨਾਉਣੀ ਹਰਕਤਾਂ ਨਹੀਂ ਕਰਨੀ ਚਾਹੀਦੀਆਂ ਹਾਂਜੀ ਕਿਸੇ ਤੇ ਨਜਾਇਜ਼ ਪਰਚਾ ਕਰਾਉਣਾ ਚਾਹੁੰਦੇ ਨੇ ਇਹ ਜੀ ਮੈਂ ਸੰਦੀਪ ਜੀ ਮੈਂ ਨਜਾਇਜ਼ ਪਰਚਿਆਂ ਦਾ ਸੇਕ ਝੱਲਿਆ ਜੀ ਤੇ ਮੈਂ ਤਾਂ ਉਹ ਮਸਲ ਝੱਲਿਆ ਤੇ ਆ ਦੁਬਾਰਾ ਨਾ ਮੇਰੇ ਤੇ ਕਰਾਉਣ ਤੇ ਇਹਨਾਂ ਵਿਰੋਧੀ ਪਾਰਟੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਨਜਾਇਜ਼ ਪਰਚੇ ਦਾ ਜੇ ਕਦੇ ਸੇਕ ਨਹੀਂ ਝੱਲਿਆ ਤਾਂ ਝੱਲ ਕੇ ਦੇਖਿਓ ਕਿੰਨਾ ਕੁ ਹੁੰਦਾ ਹਰਪਾਲਪੁਰ ਜੀ ਇੱਕ ਸਵਾਲ ਹੋਰ ਮੈਂ ਕਿਸਾਨ ਆ ਮੈਂ ਵੀ ਕਿਸਾਨ ਆ ਮੈਂ 5 ਏਕੜ ਵਾਲਾ ਕਿਸਾਨ ਆ ਮੇਰਾ ਕਿਸਾਨਾਂ ਨਾਲ ਵਾਹ ਰਿਹਾ ਅੱਜ ਤੱਕ ਮੇਰਾ ਕਿਸਾਨਾਂ ਨਾਲ ਹੀ ਸਭ ਤੋਂ ਵੱਧ ਪਿਆਰ ਰਿਹਾ ਅੱਜ ਹਰਪਾਲ ਜੀ ਮੈਂ ਇੱਕ ਸਵਾਲ ਹੋਰ ਪੁੱਛਾਂਗਾ ਜਿਵੇਂ ਕਿ ਹੋਰ ਪਾਰਟੀਆਂ ਆਮ ਆਦਮੀ ਪਾਰਟੀ ਵੀ ਉੱਥੇ ਪਹੁੰਚੀ ਹੈ ਕਾਂਗਰਸ ਪਾਰਟੀ ਦੇ ਲੀਡਰ ਵੀ ਉੱਥੇ ਪਹੁੰਚੇ ਹਸਪੀਟਲ ਦੇ ਵਿੱਚ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਦ ਬੀਜੇਪੀ ਦਾ ਵਿਰੋਧ ਪਿੰਡਾਂ ਦੇ ਵਿੱਚ ਹੋ ਰਿਹਾ ਤੇ ਆਪਾਂ ਨੂੰ ਜਿਹੜਾ ਹੈ ਪਿੰਡਾਂ ਦੇ ਵਿੱਚ
ਜਾਣਾ ਨਹੀਂ ਚਾਹੀਦਾ, ਜਾਂ ਫਿਰ ਜੇ ਉਹ ਸਵਾਲ ਕਰ ਰਹੇ ਆ ਤਾਂ ਉਹਨਾਂ ਦੇ ਜਵਾਬ ਦੇਣੇ ਚਾਹੀਦੇ ਆ ਜੀ? ਉਹ ਤਾਂ ਦੇਖੋ ਹਾਈ ਲੈਵਲ ਦੀਆਂ ਗੱਲਾਂ ਨੇ ਜੀ, ਜਵਾਬ ਮੈਂ ਤਾਂ ਨਹੀਂ ਦੇਣੇ, ਮੈਂ ਤਾਂ ਖੜਾ ਨੀ ਗਾ, ਮੈਂ ਤਾਂ ਸਪੋਰਟਰ ਆ ਜੀ। ਬੀਜੇਪੀ ਦੀ ਹਾਈ ਕਮਾਂਡ ਨੂੰ ਦੇਣੇ ਚਾਹੀਦੇ ਆ, ਜਾਂ ਹਾਈ ਕਮਾਂਡ ਦੇ ਨਾਲ ਬੈਠਣ, ਇਹ ਬੈਠਦੇ ਤਾਂ ਹੈ ਨੀ ਕਿਸੇ ਨਾਲ ਕਿਸਾਨ ਜੀ। ਮੈਂ ਤਾਂ ਇੱਕ ਬਿਆਨ ਵੀ ਪਿੱਛੇ ਲਾਇਆ ਸੀ ਪੰਜਾਬੀ ਟ੍ਰਿਬਿਊਨ ਚ, ਲੱਗਿਆ ਸੀ ਮੇਰਾ ਜੀ, ਕਿ ਕਿਸਾਨਾਂ ਨੂੰ ਅੱਜ ਹੁਣ ਇਲੈਕਸ਼ਨ ਕੋਡ ਕਰਕੇ ਅਸੀਂ ਕੋਈ ਰਾਹਤ ਕੋਈ ਵੀ ਸਰਕਾਰ ਨਹੀਂ ਦੇ ਸਕਦੀ ਜੀ। ਕਿਸਾਨਾਂ ਦੀ ਇੱਕ ਕਮੇਟੀ ਮਹਾਰਾਜਾ ਅਮਰਿੰਦਰ ਸਿੰਘ ਦੇ ਨਾਲ ਤੇ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਮੀਟਿੰਗ ਕਰ ਲੈਣਾ ਜੀ, ਇਹ ਮਹਾਰਾਜਾ ਸਾਹਿਬ ਤੋਂ ਤੇ ਮਹਾਰਾਣੀ ਸਾਹਿਬ ਤੋਂ ਵਾਅਦਾ ਤੇ ਗਰੰਟੀ ਲੈ ਲੈਣ ਕਿ ਜੇ ਤੁਸੀਂ ਜਿੱਤ ਜਾਂਦੇ ਹੋ ਤਾਂ ਪਾਰਲੀਮੈਂਟ ਸਾਡੀ ਆਵਾਜ਼ ਬੁਲੰਦ ਕਰੋਗੇ ਜੀ, ਆਪਣੇ ਮਸਲੇ ਦੱਸ ਦੇਣ ਨਾਲ ਵੀ ਆਹ ਮਸਲੇ ਤੁਸੀਂ ਉੱਥੇ ਜਾ ਕੇ ਉਠਾਇਓ, ਸਾਤੋਂ ਗਰੰਟੀ ਦੇ ਵਾਅਦਾ ਲੈ ਲਓ ਵੀ ਤੁਸੀਂ ਆਹ ਕਰੋਗੇ। ਹੁਣ ਇਲੈਕਸ਼ਨ ਕੋਡ ਦੇ ਵਿੱਚ ਤਾਂ ਕੋਈ ਵੀ ਕੁਛ ਨਹੀਂ ਕਰ ਸਕਦਾ। ਤੇ ਹੁਣ ਤੁਸੀਂ ਜਿਹੜਾ ਮੈਂ ਕਿਸਾਨ ਰਿਹਾ, ਮੇਰਾ ਕਿਸਾਨਾਂ ਨਾਲ ਪਿਆਰ ਆ, ਮਾਰਕੀਟ ਕਮੇਟੀ ਦੇ ਚੇਅਰਮੈਨ ਹੁੰਦਿਆਂ ਮੈਂ ਅਨੇਕਾਂ ਕਾਰਜ ਕਿਸਾਨਾਂ ਦੀ ਭਲਾਈ ਲਈ ਕੀਤੇ ਆ, ਮੈਂ ਕਿਸਾਨਾਂ ਦੇ ਵਿਰੁੱਧ ਜਾ ਹੀ ਨਹੀਂ ਸਕਦਾ, ਕਿਸਾਨਾਂ ਨੂੰ ਧੱਕਾ ਮਾਰਨ ਦਾ ਦੂਰ ਦੀ ਗੱਲ। ਜੇ ਤੁਹਾਡੇ ਤੇ ਜਿਹੜੇ ਇਲਜ਼ਾਮ ਲੱਗ ਰਹੇ ਆ ਫਿਰ ਇਸ ਤੋਂ ਬਾਅਦ ਤੁਸੀਂ ਕੀ ਕਰੋ? ਕਲੀਅਰ ਕਰਦੀ ਆ ਆ ਵੀਡੀਓ, ਕਲੀਅਰ ਕਰਦੀ ਆ ਜੀ, ਤੁਹਾਨੂੰ ਐ ਕਿਸੇ ਦੇ ਹੁਣ ਪਰਚਾ ਝੂਠਾ ਤਾਂ ਭਾਵੇਂ ਤੇਰੇ ਦੇ ਕਰਾ ਦੋ ਫਿਰ, ਠੀਕ ਹੈ ਜੀ, ਠੀਕ ਹੈ, ਝੂਠਾ ਪਰਚਾ ਤਾਂ ਕਿਸੇ ਦੇ ਵੀ ਕਰਾ ਦੋ ਨਾ ਫਿਰ, ਤੁਹਾਡਾ ਧੰਨਵਾਦ। ਵੀਡੀਓ ਉਸਦਾ ਜਾਗਦਾ ਪ੍ਰੂਫ ਹੈ ਤੁਹਾਡੇ ਸਾਹਮਣੇ ਕਿ ਉਹ ਆਪ ਡਿੱਗ ਰਿਹਾ, ਤੁਸੀਂ ਵੀਡੀਓ ਬਾਅਦ ਚਲੋ, ਮੈਂ ਤੁਹਾਨੂੰ ਵੀਡੀਓ ਸੈਂਡ ਕਰ ਦਿੰਦਾ, ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਆਉਣ ਵਾਲੇ ਕਿਸੇ ਵੀ ਟਾਈਮ ਮੇਰਾ ਇਹਦੇ ਨਾਲ ਲਿੰਕ ਜੁੜ ਜੇ, ਹਾਂਜੀ, ਮੈਂ ਆਪਣੇ ਆਪ ਨੂੰ ਆਪ ਆਹੇ ਟੰਗ ਲੂੰਗਾ, ਜੇ ਮੇਰਾ ਉਹਨੂੰ ਧੱਕਾ ਮਾਰਨ ਦਾ ਕਿਤੇ ਪ੍ਰੂਫ ਵੀ ਜਾ ਕੇ ਹੋ ਜਾਏਗਾ, ਮੇਰੇ ਧੱਕੇ ਨਾਲ ਉਹ ਮਰਿਆ, ਮੇਰਾ ਉਹਨੂੰ ਹੱਥ ਵੀ ਲੱਗਿਆ ਹੋਵੇ, ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਹਾਡੀ ਨਿਊਜ਼ 18 ਪੰਜਾਬ ਨਾਲ ਗੱਲ ਹੋ ਰਹੀ ਸੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੰਦੀਪ ਜੀ ਥੈਂਕ ਯੂ ਜੀ, ਥੈਂਕ ਯੂ ਸੀਗੇ, ਜਿੱਥੇ ਮਹਾਰਾਣੀ ਪ੍ਰਨੀਤ ਕੌਰ ਜਿਹੜੀ ਭਾਜਪਾ ਦੀ ਸਿਹਰੇ ਪਿੰਡ ਹੈ ਉੱਥੇ ਆਏ ਸੀਗੇ, ਤੇ ਆ ਚੰਦੂ ਮਾਜਰਾ ਜੀ ਦਾ ਭਤੀਜਾ ਵਾ ਹਰਵਿੰਦਰ ਸਿੰਘ ਕਿਹਾ ਜਾਂਦਾ, ਉਹਨਾਂ ਨੇ ਇਹਨਾਂ ਨਾਲ ਧੱਕਾ ਮਾਰਿਆ ਵਾ, ਹੁਣ ਇਹਦੀ ਡੈਥ ਦੇ ਉਹੀ ਜ਼ਿੰਮੇਵਾਰ ਨੇ, ਉਹਨੇ ਦਿਲ 'ਤੇ ਵੱਜ ਗਈ ਆ, ਸੱਟ ਥੱਲੇ ਲੱਗ ਗਿਆ, ਤਾਂ ਹੁਣ ਅੱਗੇ ਪਤਾ ਲੱਗੂਗਾ, ਪਰ ਤੁਹਾਡੇ ਸਾਹਮਣੇ ਸਾਡੇ ਕਿਸਾਨ ਦਾ ਨਾਮ ਕੀ ਹੈ? ਸੁਰਿੰਦਰਪਾਲ ਸਿੰਘ ਆਕੜੀ ਤੋਂ ਸੀਗੇ, ਉਹਨਾਂ ਦੀ ਡੈਥ ਹੋ ਚੁੱਕੀ ਆ। News 89 Punjab, ਹਰ ਖਬਰ ਜਿਸਦਾ ਹੋਵੇ ਅਸਰ।